ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਰੀਡਰ ਉਸ ਦਾ ਲੈਸਨ ਪੋਇਮ 6 ਹੀ ਦੈਟ ਇਜ਼ ਡਾਊਨ ਨੀਡਸ ਫੀਅਰ ਨੋ ਫਾਲ ਇਸ ਪੋਇਮ ਦੀ ਜੋ ਇੱਕ ਛੋਟੀ ਜਿਹੀ ਐਕਸਰਸਾਈਜ਼ ਹੈ ਬੱਚਿਓ ਵੋਕੈਬਲਰੀ ਐਨਰਿਚਮੈਂਟ ਸ਼ਬਦਾਂ ਦੀ ਜਾਣਕਾਰੀ ਚ ਵਧਾ ਕਰਨ ਦਾ ਬੜਾ ਵਧੀਆ ਢੰਗ ਹੈ ਸੋ ਆਓ ਦੇਖੀਏ ਨੋਟਬੁੱਕ ਲੈ ਲਓ ਤੇ ਪੈਨ ਲੈ ਲਓ ਤੇ ਸਾਰੇ ਸ਼ਬਦਾਂ ਨੂੰ ਨੋਟ ਕਰ ਲੈਣਾ ਮੈਂ ਨਾਲ ਨਾਲ ਇਹਦੇ ਪੰਜਾਬੀ ਵਿੱਚ ਅਰਥ ਵੀ ਦੱਸੀ ਜਾਵਾਂਗਾ ਸੋ ਇਹ ਸਾਰੇ ਸ਼ਬਦਾਂ ਨੂੰ ਤੁਸੀਂ ਇਹਨਾਂ ਦੇ ਸਪੈਲਿੰਗ ਦੀ ਪ੍ਰੈਕਟਿਸ ਕਰ ਲੈਣੀ ਹੈ ਅਭਿਆਸ ਕਰ ਲੈਣਾ ਤੇ ਇਹਨਾਂ ਨੂੰ ਚਾਰ ਪੰਜ ਵਾਰ ਬੋਲਣਾ ਉੱਚੀ ਉੱਚੀ ਤੇ ਸਾਰੇ ਸ਼ਬਦਾਂ ਨੂੰ ਕੰਟ ਕਰ ਲੈਣਾ ਇਹਨਾਂ ਦੇ ਬਲਕਿ ਜਿਹੜੇ ਅਰਥ ਹੈਗੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਹੈ ਤੁਹਾਡੇ ਆਮ ਵਰਤੋਂ ਵਿੱਚ ਆਉਣ ਵਾਲੇ ਸ਼ਬਦ ਨੇ ਲਿਖਤੀ ਰੂਪ ਵਿੱਚ ਵੀ ਤੇ ਬੋਲਣ ਦੇ ਰੂਪ ਵਿੱਚ ਵੀ ਸੋ ਅੱਗੇ ਵਧੀਏ ਅੱਗੇ ਵਧਣ ਤੋਂ ਪਹਿਲੇ ਮੈਂ ਦੱਸ ਦਾਂ 28th ਕਲਾਸ ਦੀ ਮੈਥ ਤੇ 8th ਕਲਾਸ ਦੀ ਸਾਇੰਸ ਦੀ ਵੀ ਦੋ ਅਲੱਗ-ਅਲੱਗ ਪਲੇਲਿਸਟਾਂ ਬਣੀਆਂ ਹੋਈਆਂ ਤੁਸੀਂ ਉੱਥੇ ਜਾ ਕੇ ਆਪਣਾ ਮੈਥ ਦਾ ਤੇ ਸਾਇੰਸ ਦਾ ਵੀ ਲਾਹਾ ਲੈ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇ ਹਾਲ ਤੱਕ ਨਹੀਂ ਕੀਤਾ ਤੇ ਤੇ ਵੀਡੀਓਜ਼ ਨੂੰ ਆਪਣੇ ਮਿੱਤਰਾਂ ਦੇ ਨਾਲ ਆਪਣੇ ਹਮ ਜਮਾਤੀਆਂ ਦੇ ਨਾਲ ਸ਼ੇਅਰ ਕਰ ਦਿਆ ਕਰੋ ਸਵਾਗਤ ਹੈ ਸ਼ੁਰੂ ਕਰੀਏ ਮੈਚ ਦੀ ਵਰਡਸ ਵਿਦ देयर ਆਪੋਜ਼ਿਟਸ ਅਰਥਾ ਜਿਹੜੇ ਸ਼ਬਦ ਦਿੱਤੇ ਨੇ ਇਹਨਾਂ ਨੂੰ ਇਹਨਾਂ ਦੇ ਇਸ ਪਾਸੇ ਜਿਹੜੇ ਸ਼ਬਦ ਨੇ ਅੱਗੜ ਪਿਛੜਾ ਕੀਤੇ ਹੋਏ ਨੇ ਜੰਮਲ ਕੀਤੇ ਹੋਏ ਨੇ ਉਹ ਐਚ ਆਪੋਜੀਟ ਆ ਗਏ ਨੇ ਵਿਰੋਧੀ ਵਿਰੋਧੀ ਅਰਥ ਵਾਲੇ ਸ਼ਬਦ ਨੇ ਉਹਨਾਂ ਦੇ ਨਾਲ ਇਹਨਾਂ ਦਾ ਮੇਲ ਕਰੋ ਇਹ ਦੇਖੋ ਹੁਣ ਮੱਚ ਦਾ ਮੈਨੇ ਹੁੰਦਾ ਬਹੁਤਾ ਤੇ ਲਿਟਲ ਮੈਨੇ ਥੋੜਾ ਸੋ ਮੱਚ ਦਾ ਉਲਟਾ ਹੋ ਗਿਆ ਮੱਚ ਦਾ ਵਿਰੋਧੀ ਹੋ ਗਿਆ ਥੋ ਲਿਟਲ ਅਰਥਾਤ ਬਹੁਤੇ ਦਾ ਥੋੜਾ ਵਰਸਟ ਹੁੰਦਾ ਸਭ ਤੋਂ ਮਾੜਾ ਸਭ ਤੋਂ ਖਰਾਬ ਤੇ ਬੈਸਟ ਹੁੰਦਾ ਸਭ ਤੋਂ ਵਧੀਆ ਸੋ ਵਰਸਦਾ ਹੋ ਗਿਆ ਉਲਟਾ ਬੈਸਟ ਪ੍ਰਾਊਡ ਦਾ ਮਤਲਬ ਹੁੰਦਾ ਘਮੰਡੀ ਅਹੰਕਾਰੀ ਤੇ ਘਮੰਡੀ ਅਹੰਕਾਰੀ ਦਾ ਵਿਰੋਧੀ ਕੀ ਹੋਏਗਾ ਮਸਕੀਨ ਨਿਮਾਨਾ ਸੋ ਨੂੰ ਅੰਗਰੇਜ਼ੀ ਚ ਕਹਿੰਦੇ ਹੰਬਲ ਸੋ ਪ੍ਰਾਊਡ ਦਾ ਹੋ ਗਿਆ ਹੰਬਲ ਹਿਊਮਿਲਟੀ ਹਿਊਮਿਲਟੀ ਦਾ ਮਤਲਬ ਹੁੰਦਾ ਨਿਮਰਤਾ ਮਸਕੀਨੀ ਤੇ ਇਹਦਾ ਉਲਟਾ ਕੀ ਹੋਏਗਾ ਵਿਰੋਧੀ ਸ਼ਬਦ ਹੈ ਘਮੰਡ ਸੋ ਘਮੰਡ ਨੂੰ ਅੰਗਰੇਜ਼ੀ ਚ ਕਹਿੰਦੇ ਪ੍ਰਾਈਡ ਠੀਕ ਹੈ ਸੋ ਹਿਊਮਿਲਟੀ ਪ੍ਰਾਈਡ ਐਮਪਟੀਨੈਸ ਦਾ ਮਤਲਬ ਹੁੰਦਾ ਖਾਲੀਪਨ ਤੇ ਖਾਲੀਪਨ ਦਾ ਵਿਰੋਧੀ ਸ਼ਬਦ ਕੀ ਹੋ ਜਾਏਗਾ ਭਰਿਆਪਨ ਹਨਾ ਭਰਪੂਰਤਾ ਆ ਜਾਏਗਾ ਫੁੱਲਨੈਸ ਸੋ ਐਮਪਟੀਨੈਸ ਫੁੱਲਨੈਸ ਹੇਅਰ ਟੂ ਫੋਰ ਦਾ ਮਤਲਬ ਹੁੰਦਾ ਬੱਚਿਓ ਹੁਣ ਤੱਕ ਹਾਲੇ ਤੱਕ ਤੇ ਇਹਦਾ ਉਲਟ ਕੀ ਹੋ ਜਾਏਗਾ ਹੁਣ ਤੋਂ ਬਾਅਦ ਹੋ ਜਾਏਗਾ ਹੇਅਰ ਆਫਟਰ ਸੋ ਹੇਅਰ ਟੂ ਫੋਰ ਦਾ ਮਤਲਬ ਹੁੰਦਾ ਹੈ ਪਿਛਲੇ ਕੁਝ ਸਮੇਂ ਤੋਂ ਲੈ ਕੇ ਹੁਣ ਤੱਕ ਤੇ ਹੇਰ ਆਫਟਰ ਦਾ ਮਤਲਬ ਲੁਕੀ ਹੁਣ ਤੋਂ ਅਗਾਹ ਤੱਕ ਠੀਕ ਹੈ ਡਿਸਕੰਟੈਂਟ ਦਾ ਮਤਲਬ ਹੁੰਦਾ ਬੱਚੇ ਤ੍ਰਿਸ਼ਨਾ ਮਤਲਬ ਕਿ ਜੇ ਚ ਸੰਤੋਖ ਦਾ ਹੋਵੇ ਸੰਤੋਖ ਨਾ ਹੋਣ ਦੀ ਹਾਲਤ ਨੂੰ ਕਿਹਾ ਜਾਂਦਾ ਡਿਸਕੰਟੈਂਟ ਤ੍ਰਿਸ਼ਨਾ ਤੇ ਇਹਦਾ ਉਲਟ ਕੀ ਹੋ ਜਾਏਗਾ ਸੰਤੋਖ ਤੇ ਉਹਨੂੰ ਕਹਿੰਦੇ ਕੰਟੈਂਟ ਸੋ ਡਿਸਕੰਟੈਂਟ ਕੰਟੈਂਟ ਬਸ ਇੰਨੇ ਹੀ ਸੀ ਬੱਚਿਓ ਪਰ ਦੇਖੋ ਕਿੰਨੇ 7 ਤੇ 7 ਦੁਨੀ 14 14 ਸ਼ਬਦ ਤੁਸੀਂ ਇਸ ਰਾਹੀਂ ਦਾ ਸਿੱਖ ਸਕਦੇ ਹੋ ਇਹਨਾਂ ਨੂੰ ਜਰੂਰ ਤੁਸੀਂ ਨੋਟ ਕਰ ਲਓ ਤੇ ਇਹਨਾਂ ਨੂੰ ਤੁਸੀਂ ਕੰਫਰਮੀ ਕਰ ਲੈਣਾ ਹੈ ਫਿਰ ਇਹਨਾਂ ਨੂੰ ਵਰਤਨ ਦਾ ਅਭਿਆਸ ਵੀ ਕਰਨਾ ਹੈ ਹੁਣ ਇੱਕ ਆਖਰੀ ਐਕਸਰਸਾਈਜ਼ ਵਜੀ ਹੈ ਤੁਹਾਡੀ ਗ੍ਰਾਮਰ ਇਨ ਯੂਜ਼ ਉਹ ਛੇਤੀ ਤੁਹਾਡੇ ਲੈ ਕੇ ਆਵਾਂਗੇ ਤਦ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ